ਨਜੂਮੀ ਕਹਿੰਦਾ ਬਾਦਸ਼ਾਹ ਮੇਰੇ ਖਿਆਲ 'ਚ ਇਹ ਆਉਂਦਾ ਕਿ ਅੱਲਾ ਦੀ ਜ਼ਾਤ ਨੇ ਤੇਰੀ ਕਿਸਮਤ ਵਿੱਚ ਔਲਾਦ ਤਾਂ ਨਹੀਂ ਲਿਖੀ, ਜੇ ਕਿਤੇ ਅੱਲਾ ਦੀ ਜ਼ਾਤ ਮਿਹਰਬਾਨੀ ਕਰੇ ਤੇਰੇ ਘਰ ਲੜਕੀ ਪਾਵੇਂ ਹੋਊ, ਉਸ ਲੜਕੀ ਦਾ ਨਾਮ ਸੱਸੀ ਰੱਖੀ। ਨਜੂਮੀ ਦੀ ਗੱਲ ਸੁਣ ਕੇ ਆਦਮ ਜਾਮ ਬਾਦਸ਼ਾਹ ਖੁਸ਼ ਹੋ ਗਿਆ, ਕਹਿੰਦਾ ਯਾਰ ਮੇਰੀ ਤਾਂ ਗਰਜ਼ ਹੀ ਇਹ ਹੈ ਕਿ ਅੱਲਾ ਦੀ ਜ਼ਾਤ ਮੇਰੀ ਜੜ ਜਹਾਨ ਦੇ ਵਿੱਚ ਲਾ ਦੇਵੇ, ਮੈਂ ਦੁਨੀਆਂ ਤੋਂ ਔਂਤਰਾ ਨਾ ਜਾਵਾਂ। ਨਜੂਮੀ ਕਹਿੰਦਾ ਬਾਦਸ਼ਾਹ ਤੇਰੀ ਗੱਲ ਠੀਕ ਆ, ਲੜਕੀ ਅੱਲਾ ਦੀ ਜ਼ਾਤ ਜ਼ਰੂਰ ਦਊ, ਪਰ 12 ਸਾਲ ਦੀ ਹੋ ਕੇ ਉਹ ਲੜਕੀ ਵੀ ਤੇਰੀ ਇੱਜ਼ਤ ਵਿੱਚ ਫਰਕ ਪਾਊ। ਨਜੂਮੀ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਪੈਰਾ ਨਹੀਂ ਕੀਤਾ, ਜਾਣੀ ਉਸਲੇ ਨਜੂਮੀ ਦਾ ਜਿਹੜਾ ਉਸਲੇ ਐਂ ਕਰਕੇ ਕਹਿਣਾ ਸੀ ਸੱਚ ਹੋ ਜਾਣਾ ਸੀ, ਨਜੂਮ ਝੂਠਾ ਨਹੀਂ ਸੀ ਹੋਣਾ, ਨਜੂਮੀ ਦਾ ਕਹਿਣਾ ਸੱਚ ਹੋ ਗਿਆ। ਸੱਸੀ ਪੈਦਾ ਹੋਣ ਦੇ ਦਿਹਾੜੇ ਨੇੜੇ ਆ ਗਿਆ, ਬਾਬਾ ਸਿਫਤਾਂ ਤੇਰੀਆਂ ਮੌਲਾ, ਤੇਰੇ ਭੇਤ ਨਿਆਰੇ, ਜੋ ਚਾਹ ਸੋ ਕਰ ਦਵੇਂ, ਮੈਂ ਤੇਰੇ ਵਲਿਹਾਰੇ। ਇੱਕ ਸ਼ਹਿਰ ਸਿਫਤ ਕਰਕੇ ਦੱਸਦਾ, ਭਲਾ ਕੈਸੇ ਕਰਕੇ ਦੱਸ ਰਿਹਾ ਬਈ, ਸੱਸੀ
ਪੁੱਠੇ ਦੇਹ ਪੁੱਠੇ ਗੇੜੇ ਗਾਵਾਂ ਦੀ ਦੇਰੀ ਗਾਵਾਂ ਦੀ ਦੇਰੀ ਝੁੱਲ ਗਈ ਲੈ ਲਗਾਲੇ ਲੈ ਬੰਦਾ ਕੌਣ ਹੋਏ ਮੋੜੇ ਤੱਕੀ ਦੇ।